ਪਹਿਲਾਂ ਤਾਂ ਸਾਨੂੰ ਵਪਾਰੀ ਨੇ ਪਿੱਛੇ ਰੋਕਤਾ ਵੀ ਅੱਗੇ ਗੱਡੀਆਂ ਫੜਦੇ ਆ ਪਿੱਛੇ ਰੁਕ ਜਾਓ। ਦੋ ਤਿੰਨ ਦਿਨ ਉਹਨਾਂ ਨੇ ਹਰਿਆਣੇ 'ਚ ਰੋਕ ਕੇ ਰੱਖਿਆ। ਉਸ ਤੋਂ ਬਾਅਦ ਸਾਨੂੰ ਕਹਿੰਦੇ ਚਲੋ ਜਾਓ ਗੱਡੀਆਂ ਨਿਕਲ ਜਾਣਗੀਆਂ। ਮੁੜ ਕੇ ਬਾਰਡਰ 'ਤੇ ਆਏ, ਬਾਰਡਰ ਵਾਲਿਆਂ ਨੇ ਰੋਕ ਲਈ, ਉਹਨਾਂ ਲਿਆ ਕੇ ਇੱਥੇ ਥਾਣੇ ਖੜਾਤੀਆਂ। ਨਹੀਂ, ਇਹ ਸਮਾਨ ਤਾਂ ਵਪਾਰੀਆਂ ਦਾ ਸੀਗਾ ਨਾ, ਤੁਸੀਂ ਤਾਂ ਲੈ ਕੇ ਆ ਰਹੇ ਸੀ। ਬਸ ਉਹਨਾਂ ਨੇ ਸਾਡੇ 'ਤੇ ਦਰਜ ਕਰਤਾ ਜੀ, ਹੁਣ ਕੀ ਪਤਾ ਇਹ ਕੀ ਕਰਦੇ ਪਏ ਜੀ। ਇਹ ਤਾਂ ਸਿਰਫ ਕਿਸਾਨਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਜੀ ਨਜਾਇਜ਼ ਪਰਜੇ ਪਾ ਰਹੇ ਆ ਜੀ। ਅਸੀਂ ਵੀ ਇਹਨਾਂ ਦੇ ਕਿਸਾਨ ਭਰਾ ਹਾਂ, ਕੋਈ ਬਾਹਰਲੇ ਤਾਂ ਹੈ ਨਹੀਂ, ਅਸੀਂ ਕੱਲ੍ਹ ਨੂੰ ਇਹਨਾਂ ਦਾ ਮਾਲ ਜਾਂਦਾ ਉਹ ਵੀ ਰੋਕ ਲਾ ਸਕਦੇ ਜੀ। ਅੱਜ ਇਹ ਰੋਕ ਲਾਉਂਦੇ, ਕੱਲ੍ਹ ਨੂੰ ਬਾਹਰਲੀ ਸਟੇਟ ਵਾਲੇ ਵੀ ਲਾ ਸਕਦੇ, ਅਸੀਂ ਤਾਂ ਗੱਡੀ ਵਾਲਾ ਸਾਨੂੰ ਫਸ ਗਏ ਨਾ ਜੀ। ਤੁਹਾਡੇ ਤੋਂ ਵੀ ਮੰਗ ਕੀਤੀ ਸੀ ਪੈਸਿਆਂ ਦੀ? ਕੀਤੀ ਸੀ ਮੰਗ ਜੀ, 2000 ਰੁਪਇਆ ਕੀਤਾ ਸੀ। ਤੁਸੀਂ ਦਿੱਤਾ ਨਹੀਂ? ਦਿੱਤਾ ਸੀ ਪਰ ਨਹੀਂ ਹੋਇਆ ਕੰਮ, ਫੁਲਫਲੇ ਬੰਦਾ ਮੰਨਿਆ ਨਹੀਂ। ਡਰਾਈਵਰ ਵੀਰਾਂ ਦਾ ਕੀ ਕਸੂਰ ਹੈ? ਡਰਾਈਵਰ ਜੀ ਉਹ ਕਸੂਰ ਹੈ ਜਿਹੜਾ ਇਹਨਾਂ ਦਾ ਕਿਰਾਏ ਦਾ ਮਾਲ ਢੋਈ ਜਾਂਦੇ ਆ ਫਰੀ ਦਾ, ਰੇਟ ਵੀ ਕੋਈ ਨਹੀਂ ਹੈਗਾ, ਚਾਹੇ ਤਾਂ ਰੇਟ ਸਾਨੂੰ ਡਬਲ ਦੇ ਰਹੇ ਨੇ ਅਤੇ ਤਾਂ ਤਾਂ ਚਲੋ ਵੀ ਅਸੀਂ ਆਖੀਏ ਵੀ ਅਸੀਂ ਲਾਲਚ ਪਿੱਛੇ ਪਏ ਹਾਂ, ਰੇਟ ਵੀ ਡਾਉਣ ਹੈ, ਕਿਰਾਏ ਵੀ ਡਾਉਣ ਨੇ, ਠੀਕ ਹੈ। ਇਹ ਤਾਂ ਜਿਹੜਾ ਅਸੀਂ ਮਾਲ ਲੈ ਕੇ ਆਏ, ਵਾਪਸੀ ਸਾਡਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ, ਗੱਡੀ ਵੀ ਨਹੀਂ ਪੁੱਜਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈਬ ਟੀਵੀ ਵੇਖ ਰਹੇ ਹੋ ਅਤੇ ਮੈਂ ਹਾਂ ਅਮਨਦੀਪ ਸਿੰਘ। ਪਿਛਲੇ ਕਈ ਦਿਨਾਂ ਤੋਂ ਬਾਹਰੀ ਰਾਜਿਆਂ ਤੋਂ ਝੋਨੇ ਦੀਆਂ ਗੱਡੀਆਂ ਆ ਰਹੀਆਂ ਨੇ ਅਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਗੱਡੀਆਂ ਨੇ ਬੋਰਡਰਾਂ ਦੇ ਉੱਤੇ ਫੜੀਆਂ ਜਾ ਰਹੀਆਂ ਨੇ। ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਦੇ ਹਾਂ। ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਨੇ, ਸ਼ੰਭੂ ਥਾਣੇ ਦੀਆਂ ਤਸਵੀਰਾਂ ਨੇ, ਜਿੱਥੇ ਭਾਰੀ ਗਿਣਤੀ ਵਿੱਚ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਬਾਹਰ ਦੇ ਰਾਜਿਆਂ ਤੋਂ ਝੋਨਾ ਲੈ ਕੇ ਪੰਜਾਬ ਦੇ ਵਿੱਚ ਆ ਰਹੀਆਂ ਸੀਗੀਆਂ, ਉਸ ਨੂੰ ਪੁਲਿਸ ਵੱਲੋਂ ਬੋਰਡਰ ਦੇ ਉੱਤੇ ਫੜਿਆ ਗਿਆ ਅਤੇ ਬਾਉਂਡ ਕਰ ਲਿੱਤੀਆਂ ਗਈਆਂ ਨੇ ਗੱਡੀਆਂ। ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਇਹ ਡਰਾਈਵਰ ਵੀਰ ਨੇ ਜਿਹੜੇ ਗੱਡੀਆਂ ਲੈ ਕੇ ਆ ਰਹੇ ਸੀ, ਉਹਨਾਂ ਦੇ ਉੱਤੇ ਕਾਰਵਾਈ ਕਰਦਿਆਂ ਉਹਨਾਂ 'ਤੇ ਪਰਚੇ ਵੀ ਪਾ ਦਿੱਤੇ ਗਏ ਨੇ। ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਕਾਫੀ ਗਿਣਤੀ ਵੀ ਜਿਹੜੇ ਇਹ ਡਰਾਈਵਰ ਵੀਰ ਨੇ ਜਿਹੜੇ ਬਾਹਰੀ ਰਾਜਿਆਂ ਤੋਂ ਆਏ ਹੋਏ ਨੇ, ਉਹ ਇੱਥੇ ਮੌਜੂਦ ਨੇ ਅਤੇ ਉਹਨਾਂ ਦੀ ਲਗਾਤਾਰ ਮੰਗ ਹੈ ਕਿ ਸਾਨੂੰ ਧੱਕੇ ਨਾਲ ਫਸਾਇਆ ਜਾ ਰਿਹਾ, ਅਸੀਂ ਤਾਂ ਸਿਰਫ ਗੱਡੀ ਦੇ ਵਿੱਚ ਆਪਣਾ ਮਾਲ ਲੈ ਕੇ ਆਏ ਸੀ ਅਤੇ ਜਿਹੜਾ ਮਾਲ ਸੀਗਾ ਇਹ ਵਪਾਰੀਆਂ ਦਾ ਮਾਲ ਸੀਗਾ, ਸਾਡਾ ਮਾਲ ਨਹੀਂ ਹੈਗਾ। ਡਰਾਈਵਰ ਵੀਰ ਸਾਡੇ ਨਾਲ ਨੇ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਹਰਵਿੰਦਰ ਸਿੰਘ ਜੀ। ਹਰਵਿੰਦਰ ਜੀ ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਬਾਰਾਬੰਕੀ ਤੋਂ ਜੀ। ਅਤੇ ਕੀ ਸੀਗਾ ਗੱਡੀ ਦੇ ਵਿੱਚ? ਝੋਨਾ ਲੋਡ ਹੈ ਜੀ। ਅਤੇ ਕੀ ਹੋਇਆ ਕੀ ਸੀਗਾ, ਕਿਵੇਂ ਰੋਕਿਆ ਗਿਆ ਤੁਹਾਨੂੰ? ਬੋਰਡਰ 'ਤੇ ਰੋਕਿਆ ਸੀ? ਪਹਿਲਾਂ ਤਾਂ ਸਾਨੂੰ ਵਪਾਰੀ ਨੇ ਪਿੱਛੇ ਰੋਕਤਾ ਵੀ ਅੱਗੇ ਗੱਡੀਆਂ ਫੜਦੇ ਆ ਪਿੱਛੇ ਰੁਕ ਜਾਓ। ਦੋ ਤਿੰਨ ਦਿਨ ਉਹਨਾਂ ਨੇ ਹਰਿਆਣੇ 'ਚ ਰੋਕ ਕੇ ਰੱਖਿਆ। ਉਸ ਤੋਂ ਬਾਅਦ ਸਾਨੂੰ ਕਹਿੰਦੇ ਚਲੋ ਜਾਓ ਗੱਡੀਆਂ ਨਿਕਲ ਜਾਣਗੀਆਂ। ਮੁੜ ਕੇ ਬਾਰਡਰ 'ਤੇ ਆਏ, ਬਾਰਡਰ ਵਾਲਿਆਂ ਨੇ ਰੋਕ ਲਈ, ਉਹਨਾਂ ਨੇ ਲਿਆ ਕੇ ਇੱਥੇ ਥਾਣੇ ਖੜਾਤੀਆਂ ਅਤੇ ਪਰਚੇ ਦਰਜ ਕਰਤੇ ਸਾਡੇ 'ਤੇ। ਕਾਹਦੇ ਪਰਚੇ ਕਾਹਦੇ ਦਰਜ ਹੋਏ ਨੇ? ਪਤਾ ਨਹੀਂ, ਇੱਕ 120 ਅਤੇ ਇੱਕ 420 ਦੋ ਧਾਰਾ ਕਹਿੰਦੇ ਆ ਜੀ ਲੱਗੀਆਂ ਅਤੇ ਉਹ ਕੋਰਟ 'ਚ ਹੁਣ ਕਹਿੰਦੇ ਜ਼ਮਾਨਤ ਹੋ ਗਈ, ਡਰਾਈਵਰ ਦੀ ਜ਼ਮਾਨਤ ਇਹਨਾਂ ਨੇ ਥਾਣੇ 'ਚ ਲੈ ਲਈ। ਨਹੀਂ, ਇਹ ਸਮਾਨ ਤਾਂ ਵਪਾਰੀਆਂ ਦਾ ਸੀਗਾ ਨਾ, ਤੁਸੀਂ ਤਾਂ ਲੈ ਕੇ ਆ ਰਹੇ ਸੀ। ਬਸ ਉਹਨਾਂ ਨੇ ਸਾਡੇ 'ਤੇ ਦਰਜ ਕਰਤਾ ਜੀ, ਹੁਣ ਕੀ ਪਤਾ ਇਹ ਕੀ ਕਰਦੇ ਪਏ ਜੀ। ਅਤੇ ਕਿੰਨੀਆਂ ਗੱਡੀਆਂ ਇੱਥੇ ਮੌਜੂਦ ਨੇ ਹੁਣ? ਗੱਡੀ ਤਾਂ ਹੋਣੀ ਹੈ 60-70 ਗੱਡੀ ਖੜੀ ਹੋਣੀ ਹੈ ਪਿੱਛੇ ਹੋਟਲਾਂ 'ਤੇ, ਬਹੁਤ ਖੜੀਆਂ ਹਰਿਆਣੇ 'ਚ। ਸਿਰਫ ਝੋਨੇ ਵਾਲੀ ਗੱਡੀਆਂ ਰੋਕੀਆਂ ਜਾ ਰਹੀਆਂ ਇੱਥੇ ਤਾਂ? ਅਜੇ ਤਾਂ ਝੋਨੇ ਵਾਲੀਆਂ, ਪਰ ਵਿੱਚ ਸੁਣਦੇ ਪਏ ਹਾਂ ਵੀ ਮੱਕੀ ਵਾਲੀਆਂ ਵੀ ਕੁਛ ਰੋਕੀ ਜਾਂਦੇ ਆ ਅਤੇ ਕੋਈ ਚਾਵਲ ਵਾਲੀਆਂ ਵੀ। ਸੋ ਕਿਤੇ ਨਾ ਕਿਤੇ ਜਿਹੜੇ ਡਰਾਈਵਰ ਵੀਰ ਨੇ ਕਾਫੀ ਨਾਰਾਜ਼ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ। ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਤਾਂ ਆਪਣਾ ਮਾਲ ਲੈ ਕੇ ਆ ਰਹੇ ਸੀ, ਸਾਡਾ ਕੋਈ ਕਸੂਰ ਨਹੀਂ ਆ, ਸਾਡੀ ਗੱਡੀਆਂ ਨੂੰ ਰੋਕਿਆ ਜਾ ਰਿਹਾ ਅਤੇ ਸਾਡੇ 'ਤੇ ਹੀ ਉੱਤੇ ਜਿਹੜੇ ਪਰਚੇ ਨੇ ਪਾਏ ਜਾ ਰਹੇ ਨੇ। ਹੋਰ ਡਰਾਈਵਰ ਵੀਰਾਂ ਨਾਲ ਗੱਲ ਕਰਦੇ ਹਾਂ। ਬਾਈ ਜੀ ਕੀ ਨਾਮ ਹੈ? ਗੁਰਦੀਪ ਸਿੰਘ ਜੀ। ਕਿੱਥੇ ਜਾ ਰਹੇ ਸੀ ਤੁਸੀਂ ਲੈ ਕੇ ਝੋਨਾ? ਬਾਰਾਬੰਕੀ ਤੋਂ ਮੋਗਰਾ ਲੋਡ ਕੀਤਾ ਸੀਗਾ ਜੀ। GST ਬਿੱਲ ਨਾਲ ਲੱਗਿਆ ਵਾ, ਟਰਾਂਸਪੋਰਟ ਦੀ ਬਿਲਟੀ ਲੱਗੀ ਆ। ਅਸੀਂ ਪਹਾੜੇ 'ਤੇ ਮਾਲ ਪਹੁੰਚਾਉਣਾ ਸੀਗਾ ਜੀ, ਮੰਡੀ ਸਮਿਤੀ ਦੀ ਨਾਲ ਰਸੀਦ ਲੱਗੀ ਹੋਈ ਆ। ਸਾਨੂੰ ਸ਼ੰਭੂ ਬੈਰੀਅਰ 'ਤੇ ਰੋਕਿਆ ਗਿਆ ਸੀਗਾ, ਸਾਡੇ ਮੂਹਰੇ 4 ਗੱਡੀਆਂ ਹੋਰ ਜਾ ਰਹੀਆਂ, ਸਾਡੀਆਂ ਆਪਣੀਆਂ ਗੱਡੀਆਂ ਗਰੁੱਪ ਦੀਆਂ, ਉਹਨਾਂ ਤੋਂ ਗੱਡੀ ਦੀ ਐਂਟਰੀ ਲੈ ਕੇ ਗੱਡੀਆਂ ਛੱਡੀਆਂ ਗਈਆਂ। ਸਾਡੇ 3 ਘੋੜੇ ਕਹਿੰਦੇ ਸਾਈਡ 'ਤੇ ਲਾ ਦਿਓ, ਅਸੀਂ ਸਾਈਡ 'ਤੇ ਲਾ ਕੇ ਉਹਨਾਂ ਸਾਨੂੰ ਅਗਲੇ ਦਿਨ ਦੱਸਿਆ ਨੀਗਾ, ਬੈਲਟੀਆਂ ਲੈ ਕੇ ਅਗਲੇ ਦਿਨ ਕਹਿੰਦੇ ਗੱਡੀਆਂ ਥਾਣੇ ਲੈ ਕੇ ਚੱਲੋ। ਗੱਡੀਆਂ ਥਾਣੇ 'ਚ ਲਿਆਉਂਦੀਆਂ, 420 ਦਾ ਪਰਚਾ ਕਰਤਾ, ਨਾ ਧਾਰਾ ਲਾਈ 120B, ਡਬਲ ਧਾਰਾ 120 ਲਾਈ ਆ, ਕਹਿੰਦੇ ਡਰਾਈਵਰਾਂ ਦੀ ਜ਼ਮਾਨਤ ਲੈ ਲਓ, ਕਿਹੜੀ ਗੱਡੀ ਆ ਤੁਹਾਡੀ, ਕੋਰਟ 'ਚ ਜਾ ਕੇ ਜ਼ਮਾਨਤ ਹੋਊਗੀ। ਤੁਸੀਂ ਐਂਟਰੀ ਦੀ ਗੱਲ ਕੀਤੀ, ਐਂਟਰੀ ਕਿਸ ਕਿਹਨੇ ਲਿੱਤੀ ਸੀਗੀ? ਐਂਟਰੀ ਉੱਥੇ ਦਲਾਲ ਛੱਡੇ ਹੋਏ ਆ ਪੁਲਿਸ ਨੇ ਜੀ, ਆਪਣੇ ਪੁਲਿਸ ਨੇ ਲਾ ਲਓ, ਫਰੂਟ ਵਾਲਿਆਂ ਨੇ ਲਾ ਲਓ, ਕਿਹਨੇ ਛੱਡੇ ਹੋਏ ਆ ਦਲਾਲ, ਐਂਟਰੀ ਲੈ ਕੇ ਗੱਡੀਆਂ ਵਿੱਚ ਜਾ ਵੀ ਰਹੀਆਂ ਜੀ, ਵਿੱਚ ਗੱਡੀਆਂ ਫੜੀਆਂ ਵੀ ਜਾਂਦੀਆਂ ਵਾ। ਕਿੰਨੇ ਦੀ ਐਂਟਰੀ ਲਿੱਤੀ ਜਾਂਦੀ ਹੈ? ਕਿਸੇ ਤੋਂ 1500 ਰੁਪਈਆ ਜੀ, ਕਿਸੇ 2000 ਰੁਪਈਆ, ਕਿਸੇ ਤੋਂ 500 ਰੁਪਈਆ, ਕਿਵੇਂ ਕੋਈ ਲੋਡ ਆਏ ਉਵੇਂ ਕੰਮ ਹੋ ਜਾਂਦਾ ਜੀ। ਅਤੇ ਇਹ ਗੱਡੀਆਂ ਕਿਸਾਨਾਂ ਨੇ ਰੋਕੀਆਂ ਸੀਗੀਆਂ ਕਿ ਪੁਲਿਸ ਵੱਲੋਂ ਰੋਕੀਆਂ ਗਈਆਂ ਤੁਹਾਡੀਆਂ? ਇਹ ਚੀਜ਼ ਤਾਂ ਸਾਨੂੰ ਨਹੀਂ ਹਲੇ ਦੱਸਿਆ, ਮਹਿਕਮੇ ਵਾਲਿਆਂ ਨੇ, ਪੁਲਿਸ ਮਹਿਕਮੇ ਵਾਲੇ ਕਹਿੰਦੇ ਅਸੀਂ ਨਹੀਂ ਰੋਕੀਆਂ, ਕਿਸਾਨ ਕਹਿ ਰਹੇ ਅਸੀਂ ਨਹੀਂ ਰੋਕੀਆਂ,
ਇਹਨਾਂ ਨੇ ਸਾਨੂੰ ਦੱਸ ਰਹੇ ਆ ਜੀ ਵਜ੍ਹਾ ਕੀ ਆ ਕੀ ਪ੍ਰੋਸੀਜਰ ਆ ਜੇ ਪੁਲਿਸ ਕਹਿੰਦੀ ਅਸੀਂ ਗੱਡੀਆਂ ਨਹੀਂ ਰੋਕੀਆਂ ਪਰਚੇ ਤਾਂ ਪੁਲਿਸ ਨੇ ਹੀ ਪਾਏ ਨੇ ਨਾ ਪਾਸੇ ਪੁਲਿਸ ਨੇ ਪਾਏ ਆ ਫਰੂਟ ਮਹਿਕਮੇ ਵਾਲੇ ਕਹਿੰਦੇ ਗੱਡੀਆਂ ਰੁਕਵਾਈਆਂ ਗਈਆਂ ਸਾਡੇ ਤੋਂ ਜੀ ਫਰੂਟ ਮਹਿਕਮੇ ਵਾਲੇ ਕਹਿੰਦੇ ਸਾਡੀ ਜ਼ਿੰਮੇਵਾਰੀ ਨੇ ਜੇ ਮਾਲ ਖਰਾਬ ਹੋ ਜਾਵੇ ਜੀ ਮੰਡੀ ਸਿਮਤੀ ਵਾਲੇ ਕੋਲ ਗਏ ਸੀ ਬਾਰਡਰ 'ਤੇ ਉਹ ਕਹਿੰਦੇ ਅਸੀਂ ਜੀ ਨੇ ਗੱਡੀਆਂ ਰੋਕੀਆਂ ਇਹ ਦੱਸੋ ਗੱਡੀਆਂ ਕਿਹਨੇ ਰੋਕੀਆਂ ਕਿਵੇਂ ਰੋਕੀਆਂ ਗਈਆਂ ਜੀ ਬਾਬਾ ਜੀ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਇੱਧਰੋਂ ਆਪਣੇ ਆ ਰਹੇ ਜੀ ਤੁਲਸੀਪੁਰ ਤੋਂ ਜੀ ਕਿੱਥੇ ਜਾਣੀ ਸੀ ਗੱਡੀ ਖੰਨੇ ਵਾਸਤੇ ਆ ਰਹੀ ਜੀ ਅਤੇ ਕਿੱਥੇ ਕਾਰਵਾਈ ਹੋਈ ਕਿੱਥੇ ਗੱਡੀ ਰੋਕੀ ਗਈ ਕਿੱਥੇ ਗੱਡੀ ਬਾਊਂਡ ਕੀਤੀ ਗਈ ਸ਼ੰਭੂ ਬੈਰੀਅਰ 'ਤੇ ਹੋਈ ਜੀ ਅਤੇ ਉੱਥੇ ਸਾਨੂੰ ਰੋਕਿਆ ਗਿਆ ਵੀ ਇਹ ਬਲਟੀ ਥੋੜ੍ਹੀ ਦਰਜ ਕਰਾ ਦਿਓ ਜੀ ਅਸੀਂ ਦਰਜ ਕਰਾਉਣ ਵਾਸਤੇ ਗੱਡੀ ਆਪਣੀ ਸਾਈਡ 'ਤੇ ਲਾ ਕੇ ਰੋਕਤੀ ਜੀ ਫਿਰ ਫੂਡ ਸਪਲਾਈ ਦੇ ਆਪਣੇ ਇੰਸਪੈਕਟਰ ਸਾਹਿਬ ਕੋਲ ਬਿਲਟੀ ਗਈ ਹੈ ਜੀ ਸਾਨੂੰ ਕਿਹਾ ਵੀ 10-15 ਮਿੰਟ ਲੱਗਣਗੇ ਤੁਸੀਂ ਇਹਦੀ ਵੇਟ ਕਰੋ ਅਸੀਂ 10-15 ਮਿੰਟ ਵੇਟ ਕਰਨ ਵਾਸਤੇ ਮੁੜ ਕੇ ਸਾਨੂੰ ਪੁਲਿਸ ਪ੍ਰਸ਼ਾਸਨ ਆਇਆ ਜੀ ਉਹ ਕਹਿੰਦਾ ਵੀ ਤੁਹਾਨੂੰ ਜਗ੍ਹਾ ਵਿਖਾ ਦਿੰਦੇ ਗੱਡੀ ਤੁਹਾਡੀ ਪਿੱਛੇ ਲਾ ਦਿੰਦੇ ਜੀ ਪਿੱਛੇ ਗੱਡੀ ਲਾ ਕੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਵੀ ਇੱਥੇ ਸਾਈਡ 'ਤੇ ਲਾ ਕੇ ਗੱਡੀਆਂ ਖੜ੍ਹ ਜਾਓ ਇਹਨੂੰ ਟਾਈਮ ਲੱਗੂਗਾ ਜੀ ਅਗਲਾ ਦਿਨ ਹੋਇਆ ਜੀ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਖੜ੍ਹੇ ਰਹੋ ਖੜ੍ਹੇ ਜਦੋਂ ਸ਼ਾਮਾਂ ਟਾਈਮ ਆਏ ਸਾਨੂੰ ਕਹਿੰਦੇ ਵੀ ਗੱਡੀਆਂ ਲੈ ਕੇ ਚਲੋ ਠਾਣੇ ਮੈਂ ਕਿਹਾ ਠੀਕ ਹੈ ਸੱਦਾ ਚੱਲ ਠਾਣੇ ਥਾਣੇ ਗੱਡੀਆਂ ਲੈਂਦੇ ਜੀ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਹੋਇਆ ਸਾਨੂੰ ਲਿਆ ਕੇ ਅਤੇ ਇੱਥੇ ਮੈਂ ਮਾਲ ਤਮਾਲ ਜਾਣੀ ਕਿ ਪਹਿਲਾਂ ਤੋਂ ਵੀ ਆ ਰਿਹਾ ਸੀਗਾ ਕੋਈ ਅੱਜ ਨਵਾਂ ਤਾਂ ਮਾਲ ਆਇਆ ਨਹੀਂ ਜੀ ਇਹ ਤਾਂ ਸਿਰਫ ਕਿਸਾਨਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਜੀ ਨਜਾਇਜ਼ ਪਰਜੇ ਪਾ ਰਹੇ ਆ ਜੀ ਅਸੀਂ ਵੀ ਇਹਨਾਂ ਨੇ ਕਿਸਾਨ ਭਰਾਏ ਹਾਂ ਕੋਈ ਬਾਹਰ ਦੇ ਤਾਂ ਹੈ ਨਹੀਂ ਅਸੀਂ ਕੱਲ੍ਹ ਨੂੰ ਇਹਨਾਂ ਦਾ ਮਾਲ ਜਾਂਦਾ ਉਹ ਵੀ ਰੋਕ ਲਾ ਸਕਦੇ ਜੀ ਮਾਲ ਤਾਂ ਵਪਾਰੀ ਦਾ ਜਿਵੇਂ ਦਾ ਹੀ ਜਾ ਰਿਹਾ ਬਾਹਰ ਕਿੰਨੇ ਸਮੇਂ ਤੋਂ ਇੱਥੇ ਬੈਠੇ ਹੋ ਅੱਜ ਸਾਨੂੰ ਤਕਰੀਬਨ ਹਫ਼ਤਾ ਹੋ ਗਿਆ ਕੋਈ ਸੁਣਵਾਈ ਨਹੀਂ ਜੀ ਕੋਈ ਇੱਥੇ ਖਾਣ ਪੀਣ ਦੀ ਸੁਵਿਧਾ ਹੈ ਨਹੀਂ ਕੋਈ ਪਾਣੀ ਦਾ ਨਹੀਂ ਹੈਗਾ ਇੱਥੇ ਜੰਗਲ ਦੇ ਵਿੱਚ ਲੈ ਕੇ ਛੱਡਿਆ ਅਸੀਂ ਕਿਹਾ ਜਨਾਬ ਸਾਡੀਆਂ ਗੱਡੀਆਂ ਕਿਤੇ ਉਹ ਥਾਂ 'ਤੇ ਚੰਗੇ ਥਾਂ 'ਤੇ ਲਵਾ ਦਿਓ ਜਾਂ ਸਾਨੂੰ ਥਾਣੇ ਦੇ ਵਿੱਚ ਕੋਈ ਪਾਣੀ ਤਾਂ ਨਹੀਂ ਮਿਲਣਾ ਸਾਨੂੰ ਥਾਣੇ ਵਿੱਚ ਪਾਣੀ ਨਾ ਕੋਈ ਲੈਟਰ ਨਾ ਬਾਥਰੂਮ ਜੰਗਲ ਦੇ ਵਿੱਚ ਜਾਂਦੇ ਹਾਂ ਜੀ ਅਤੇ ਹਾਲਤ ਥੋੜ੍ਹੀ ਬਹੁਤ ਜ਼ਿਆਦਾ ਗੰਭੀਰ ਆ ਅਤੇ ਕੋਈ ਇਹਦੀ ਸੁਣਵਾਈ ਹੋ ਜਾਵੇ ਕੋਈ ਪ੍ਰਸ਼ਾਸਨ ਦੱਸ ਨਹੀਂ ਰਿਹਾ ਕੁਛ ਜੀ ਸਾਨੂੰ ਕੁਛ ਵੀ ਮਾਲ ਤਾਂ ਪਹਿਲਾਂ ਤੋਂ ਵੀ ਆ ਰਿਹਾ ਜੀ ਸਾਡਾ ਵੀ ਮਾਲ ਤਾਂ ਬਾਹਰ ਜਾ ਰਿਹਾ ਅਸੀਂ ਵੀ ਕਿਸਾਨ ਭਰਾਵਾਂ ਅੱਜ ਇਹ ਰੋਕ ਲਾਉਂਦੇ ਕੱਲ੍ਹ ਨੂੰ ਬਾਹਰਲੀ ਸਟੇਟ ਵਾਲੇ ਵੀ ਲਾ ਸਕਦੇ ਅਸੀਂ ਤਾਂ ਗੱਡੀ ਵਾਲਾ ਸਾਨੂੰ ਸਾਨੂੰ ਫਸ ਗਿਆ ਨਾ ਜੀ ਅਖਬਾਰ ਚ ਆਇਆ ਨਾ ਕੁਛ ਦੱਸਿਆ ਵੀ ਗੱਡੀਆਂ ਨਹੀਂ ਆਉਣੀਆਂ ਤੇ ਆ ਕੇ ਸਾਨੂੰ ਉੱਥੇ ਥਾਣੇ ਬਾਰਡਰ ਰੋਕ ਲਿਆ ਤੇ ਕਹਿੰਦੇ ਵੀ ਗੱਡੀਆਂ ਸਾਈਡ 'ਤੇ ਲਾ ਦਿਓ ਤੁਸੀਂ ਆਪਣੀਆਂ ਜੀਰੀ ਗਾਹ ਨਹੀਂ ਜਾਣੀ ਮੋਗੇ ਸ਼ਹਿਰ ਦੀਆਂ ਸੈਟਿੰਗ ਚੱਲਦੀਆਂ ਉਹਨਾਂ ਦੀਆਂ ਗੱਡੀਆਂ ਲੰਘ ਗਿਆ ਤੇ ਤੁਹਾਡੀ ਰੋਕ ਲਈ ਬਾਅਦ ਚ ਉਹਦਾ ਪੈਸੇ ਚੱਲਦੇ ਆ ਜੀ ਹੁਣ ਬੰਦੇ ਉੱਥੇ ਬੈਠੇ 1,000-2,000 ਰੁਪਏ ਲਈ ਜਾਂਦੇ ਆ ਜਦੋਂ ਨਹੀਂ ਪੁਲਿਸ ਵਾਲਾ ਹੁੰਦਾ ਪੁਲਿਸ ਵਾਲਾ ਦੇ ਜਾਂਦੇ ਆ ਤੁਹਾਡੇ ਤੋਂ ਵੀ ਮੰਗ ਕੀਤੀ ਸੀ ਪੈਸਿਆਂ ਦੀ ਕੀਤੀ ਸੀ ਮੰਗ ਜੀ 2,000 ਰੁਪਈਆ ਕੀਤਾ ਸੀ ਤੁਸੀਂ ਦਿੱਤਾ ਨਹੀਂ ਦਿੱਤਾ ਸੀ ਪਰ ਨਹੀਂ ਹੋਇਆ ਕੰਮ ਫੁਲਫਲੇ ਬੰਦਾ ਮੰਨਿਆ ਨਹੀਂ ਹੁਣ ਦਾਣਾ ਕੋਈ ਦੱਸਦੇ ਵੀ ਕੇਸ ਕਿਤੇ ਬਣਦੀ ਆ ਗੱਡੀਆਂ ਵਾਲੇ ਪਾਉਣਾ ਕਿਤੇ ਪਾਉਣਾ ਕੋਈ ਦੱਸਦੇ ਨਹੀਂ ਪਏ ਯਾਨੀ ਤੁਹਾਡਾ ਕਿਹਾ ਤੁਹਾਡੇ ਵੱਲੋਂ ਇਹ ਕਹਿਣਾ ਕਿ ਗੱਡੀਆਂ ਆਉਂਦੀਆਂ ਨੇ ਉੱਥੋਂ ਪਰ ਸਾਰੀ ਗੱਡੀਆਂ ਨਹੀਂ ਰੋਕੀਆਂ ਜਾਂਦੀਆਂ ਗਿਣਤੀ ਛੱਡੀ ਜਾਂਦੀਆਂ ਸਾਰੀ ਗੱਡੀਆਂ 'ਚ ਕੋਈ ਕੋਈ ਰੋਕ ਦਿੰਦੇ ਆ ਕੋਈ ਛੱਡ ਦਿੰਦੇ ਆ ਤੁਹਾਨੂੰ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਸਾਨੂੰ ਜੀ 3-4 ਦਿਨ ਹੋ ਗਿਆ ਇੱਥੇ ਕਿੱਥੋਂ ਆਈ ਸੀ ਗੱਡੀ ਕਿੱਥੇ ਜਾਣੀ ਸੀ ਤੁਹਾਡੀ ਬਾਰਾਂ ਮੰਕੀ ਤੋਂ ਆਏ ਸੀ ਖੰਨੇ ਦਾ ਮਾਲ ਸੀ ਤੇ ਸਾਨੂੰ ਕਿਸੇ ਨੇ ਪਹਿਲਾਂ ਕਨਫਰਮ ਨਹੀਂ ਕੀਤਾ ਵੀ ਝੋਨਾ ਬੰਦ ਕੀਤਾ ਹੋਇਆ ਅੱਜ ਤੋਂ 5-6-7 ਦਿਨ ਪਹਿਲਾਂ ਝੋਨਾ ਜਾ ਰਿਹਾ ਸੀ ਅਸੀਂ ਆਪ ਫੇਰਾ ਲਾ ਗਏ ਹਾਂ ਪਹਿਲਾਂ ਠੀਕ ਹੈ ਇਸ ਫੇਰਾ ਅਸੀਂ ਫਿਰ ਲੱਦ ਗਏ ਤਾਂ ਸਾਨੂੰ ਇੱਥੇ ਸ਼ੰਭੂ ਬਾਰਡਰ 'ਤੇ ਰੋਕਿਆ ਗਿਆ ਇਹ ਜੀ ਝੋਨਾ ਨਹੀਂ ਅੱਗੇ ਜਾ ਸਕਦਾ ਜੀ ਮੈਂ ਜੀ ਤੁਸੀਂ ਪਹਿਲਾਂ ਨਹੀਂ ਸਾਨੂੰ ਦੱਸਿਆ ਹੁਣ ਅਸੀਂ ਲੱਦ ਕੇ ਆ ਗਏ ਹੁਣ ਇਹ ਤਾਂ ਜਾਣਾ ਚਾਹੀਦਾ ਇਹ ਕਹਿੰਦੇ ਨਹੀਂ ਜੀ ਇਹ ਕਿਸਾਨਾਂ ਨੇ ਵੀ ਰੋਕ ਰੱਖੀ ਹੈ ਜੀ ਕਿਸਾਨਾਂ ਦਾ ਤੁਸੀਂ ਰੋਲਾ ਨਹੀਂ ਸੁਣਿਆ ਇਹ ਹੈ ਉਹ ਹੈ ਬੜਾ ਕੁਛ ਕਿਹਾ ਸੀ ਇਹਨਾਂ ਨੇ ਅਤੇ ਫਿਰ ਬਈ ਉੱਥੋਂ ਥਾਣੇ ਤੋਂ ਉੱਥੋਂ ਲਿਆ ਕੇ ਗੱਡੀਆਂ ਇੱਥੇ ਥਾਣੇ ਲਵਾ ਖੜੀਆਂ ਨੇ ਹੁਣ ਨਾ ਤਾਂ ਥਾਣੇ ਵਾਲੇ ਛੱਡਦੇ ਆ ਅਤੇ ਨਾ ਜ਼ਿਮੀਂਦਾਰ ਆ ਕੇ ਛੱਡਦੇ ਨਾ ਪਿਛਲਾ ਵਪਾਰੀ ਆ ਰਿਹਾ ਅਤੇ ਹੁਣ ਕੀ ਕਾਰਵਾਈ ਕੀ ਕੀਤੀ ਆ ਪੁਲਿਸ ਨੇ ਕਾਰਵਾਈ ਇਹੋ ਹੀ ਆ ਕਹਿੰਦੇ ਕੇਸ ਪਾਵਾਂਗੇ ਗੱਡੀ ਦਾ ਤਾਂ ਜ਼ਮਾਨਤ ਕਰਾਓ ਜ਼ਮਾਨਤ ਕਰਾ ਕੇ ਤਾਂ ਫਿਰ ਮਾਲ ਵਾਪਸ ਲੈ ਕੇ ਜਾਓ ਇਹ ਸਿਸਟਮ ਇੱਥੇ ਚੱਲਦਾ ਵਪਾਰੀਆਂ ਨਾਲ ਗੱਲ ਹੋਈ ਤੁਹਾਡੀ ਵਪਾਰੀ ਨਾਲ ਗੱਲ ਹੋਈ ਆ ਵਪਾਰੀ ਕਹਿੰਦੇ ਛੜਾਨੇ ਆਉਂਦਾ ਕੋਈ ਹੈ ਨਹੀਂ ਡਰਾਈਵਰ ਵੀਰਾਂ ਦਾ ਕੀ ਕਸੂਰ ਹੈ ਡਰਾਈਵਰ ਜੀ ਉਹ ਕਸੂਰ ਜਿਹੜਾ ਇਹਨਾਂ ਦਾ ਕਿਰਾਏ ਦਾ ਮਾਲ ਢੋਈ ਜਾਂਦੇ ਆ ਫਰੀ ਦਾ ਰੇਟ ਵੀ ਕੋਈ ਨਹੀਂ ਹੈਗਾ ਚਾਹੇ ਤਾਂ ਰੇਟ ਸਾਨੂੰ ਡਬਲ ਦੇ ਰਹੇ ਨੇ ਅਤੇ ਤਾਂ ਤਾਂ ਚਲੋ ਵੀ ਅਸੀਂ ਆਖੀਏ ਵੀ ਅਸੀਂ ਲਾਲਚ ਪਿੱਛੇ ਪਏ ਹਾਂ ਰੇਟ ਵੀ ਡਾਊਨ ਹੈ ਕਿਰਾਏ ਵੀ ਡਾਊਨ ਨੇ ਠੀਕ ਹੈ ਇਹ ਤਾਂ ਜਿਹੜਾ ਅਸੀਂ ਮਾਲ ਲੈ ਗਏ ਵਾਪਸੀ ਸਾਡਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ ਗੱਡੀ ਵੀ ਨਹੀਂ ਪੁੱਜਦੀ ਬਾਈ ਜੀ ਕੀ ਲੱਗਦਾ ਪਹਿਲਾਂ ਕਰੋਨਾ ਦੀ ਮਾਰ ਸੀਗੀ ਗੱਡੀਆਂ ਪੈਸੇ ਰੁਕੀਆਂ ਰਹੀਆਂ ਜੀ 5-6 ਮਹੀਨੇ ਤਾਂ ਗੱਡੀਆਂ ਖੜੀਆਂ ਰਹੀਆਂ ਕੋਈ ਕੰਮ ਕਾਜ ਨਹੀਂ ਸੀਗਾ ਠੀਕ ਹੈ ਹੁਣ ਜੇ ਕੰਮ ਮਾੜਾ ਮੋਟਾ ਹਿੱਲਿਆ ਪਹਿਲਾਂ ਵਾਪਸੀ ਨਹੀਂ ਸੀ ਝੋਨਾ ਚੱਲਿਆ ਵਾਪਸੀ ਤਾਂ ਚਲੋ ਵਾਪਸੀ ਸਾਨੂੰ ਮਾਲ ਮਿਲਣ ਲੱਗਾ ਤਾਂ ਗੂਣ ਨੇ ਇਹ ਰੋਕ ਲਿਆ ਹੁਣ ਉਧਰੋਂ ਬੈਂਕ ਵਾਲੇ ਤੰਗ ਕਰੀ ਜਾਂਦੇ ਆ ਕਈ ਗੱਡੀਆਂ ਤਾਂ ਬੈਂਕ ਵਾਲਿਆਂ ਨੇ ਫੜ ਕੇ ਖਿਲਾਰ ਲਈਆਂ ਠੀਕ ਹੈ ਨੀ
ਸਾਨੂੰ ਵੀ ਅਗਲਿਆਂ ਨੇ ਕਹਿੰਦੇ ਤੁਹਾਡੀਆਂ ਕਿਸ਼ਤਾਂ ਨਹੀਂ ਗਈਆਂ। ਮੈਂ ਕਿਹਾ ਜੀ ਪਹਿਲਾਂ ਕਰੋਨਾ ਵਾਲੇ ਮਾਰ ਦਿੱਤੀ ਤਾਂ ਹੁਣ ਆ ਝੋਨਾ ਨਹੀਂ ਆ ਰਿਹਾ ਤੂੰ ਰਾਹੀਂ ਢੋਈਏ ਕੀ, ਹੋਰ ਕੋਈ ਮਾਲ ਨਹੀਂ ਹੈਗਾ, ਬਾਹਰ ਨਸ਼ਟ ਏਰੀਆ ਹੈ ਕੋਈ ਨਹੀਂਗਾ, ਇਹ ਚੱਕਰ ਹੈ ਜੀ। ਤੁਹਾਡੀ ਗੱਡੀ ਕਿੱਥੋਂ ਆ ਰਹੀ ਸੀਗੀ? ਹਮਾਰੀ ਗੱਡੀ ਸਰ ਉੱਤਰਾਖੰਡ ਸੇ ਆ ਰਹੀ ਥੀ, ਕਾਸ਼ੀਪੁਰ ਸੇ, ਔਰ ਜਾਣੀ ਥੀ ਇਹ ਜੰਬੂ ਕਟਵਾ। ਹਮਾਰੀ ਗੱਡੀ ਰੋਕਨੇ ਕੇ ਬਾਅਦ ਮੈਂ ਬੋਲੇ ਕਿ ਉਹ ਪੇਪਰ ਉੱਪਰ ਲਿਆਓ, ਆਗੇ ਗੱਡੀਓ ਮੈਂ ਆਗ ਲਗਾਈ ਜਾ ਰਹੀ ਹੈ, ਹਮਨੇ ਸਾਈਡ ਮੈਂ ਗੱਡੀ ਲਗਾ ਦੀ, ਤੋ ਬੋਲੇ ਕਿ ਪਬਲਿਕ ਕੀ ਮਾਰ ਸੇ ਬਚਾਇਆ ਜਾ ਰਹੀ ਹੈ ਆਪਕੋ, ਹਮੇ ਅੰਦਰ ਕਰ ਦਿਆ ਗਿਆ। ਫਿਰ ਫਾਈਲ ਲੈ ਲਈ, ਚਾਬੀ ਲੈ ਲਈ ਔਰ ਮਾਲ ਕਾ ਬਿੱਲ ਲੈ ਲਿਆ, ਪੱਕੇ ਕਾਗਜ਼ ਹਮਾਰੇ, ਹਮਾਰਾ ਗੀਲਾ ਮਾਲ ਹੈ, ਉਸਮੇ ਆਗ ਲਗਨੇ ਕੋ ਤਿਆਰ ਹੈ, ਉਸਕਾ ਕੌਣ ਕਿਸਾਨ ਜ਼ਿੰਮੇਦਾਰ ਹੋਗਾ ਔਰ ਕੌਣ ਵੋ ਹੋਗੀ ਜ਼ਿੰਮੇਦਾਰ। ਤੁਸੀਂ ਦੱਸਿਆ ਕਿ ਪੁਲਿਸ ਕਹਿ ਰਹੀ ਹੈ ਕਿ ਅੱਗੇ ਅੱਗ ਲਾਈ ਜਾ ਰਹੀ ਹੈ, ਇਹੋ ਜਿਹਾ ਤਾਂ ਕੋਈ ਹੋਇਆ ਹੀ ਨਹੀਂ ਪੰਜਾਬ 'ਚ, ਤਾਂ ਇਹੋ ਜਿਹੀ ਸਥਿਤੀ ਹੈ ਹੀ ਨਹੀਂ ਬਿਲਕੁਲ ਵੀ। ਜੀ ਜੀ, ਕਸੈਟ ਮੈਂ ਲਗਵਾ ਦੀ ਜੀ, ਹਾਂ ਥਾਣੇ ਮੈਂ ਲਾ ਕੇ ਖੜੀ ਕਰਵਾ ਦੀ ਬਸ। ਸੋ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਪ੍ਰਸ਼ਾਸਨ ਹੈ ਉਹ ਸਿੱਧੇ ਤੌਰ 'ਤੇ ਬਲੈਕਮੇਲ ਕਰ ਰਿਹਾ, ਸਿੱਧੇ ਤੌਰ 'ਤੇ ਡਰਾਈਵਰ ਵੀਰਾਂ ਨੂੰ ਕਹਿ ਰਿਹਾ ਕਿ ਤੁਸੀਂ ਗੱਡੀ ਇੱਥੇ ਹੀ ਖੜਾ ਦਿਓ, ਕਿਉਂਕਿ ਅੱਗੇ ਕਿਸਾਨ ਵੀਰ ਜਿਹੜੇ ਨੇ ਉਹ ਤੁਹਾਡੀ ਗੱਡੀਆਂ ਨੂੰ ਅੱਗ ਲਾ ਸਕਦੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹ ਸ਼ੰਭੂ ਦੀਆਂ ਤਸਵੀਰਾਂ ਨੇ, ਸ਼ੰਭੂ ਥਾਣੇ ਦੀਆਂ ਤਸਵੀਰਾਂ ਨੇ, ਜਿੱਥੇ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਜਿਹੜੀਆਂ ਉੱਤਰਾਖੰਡ ਤੋਂ ਆ ਰਹੀਆਂ ਸੀਗੀਆਂ, ਯੂਪੀ ਬਿਹਾਰ ਤੋਂ ਗੱਡੀਆਂ ਆ ਰਹੀਆਂ ਸੀਗੀਆਂ, ਝੋਨਾ ਲੈ ਕੇ ਪੰਜਾਬ ਜਾ ਰਹੀਆਂ ਸੀਗੀਆਂ, ਉਹ ਸਾਰੀਆਂ ਗੱਡੀਆਂ ਜਿਹੜੀਆਂ ਸ਼ੰਭੂ ਬੈਰੀਅਰ ਦੇ ਵਿੱਚ ਰੋਕੀਆਂ ਗਈਆਂ, ਜਿਸ ਤੋਂ ਬਾਅਦ ਉਹ ਗੱਡੀਆਂ ਜਿਹੜੀਆਂ ਸ਼ੰਭੂ ਥਾਣੇ ਲਿਆਂਦੀਆਂ ਗਈਆਂ, ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਡਰਾਈਵਰ ਵੀਰਾਂ ਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ। ਅਤੇ ਹੁਣ ਇਹ ਜਿਹੜੇ ਡਰਾਈਵਰ ਵੀਰ ਨੇ ਕਾਫੀ ਲੰਬੇ ਸਮੇਂ ਤੋਂ ਇੱਥੇ ਖੜ੍ਹੇ ਨੇ, ਕਿਸੇ ਨੂੰ ਹਫ਼ਤਾ ਹੋ ਗਿਆ, ਕਿਸੇ ਨੂੰ 10 ਦਿਨ ਹੋ ਗਏ, ਅਤੇ ਆਸ ਲਈ ਬੈਠੇ ਨੇ ਕਿ ਕਦੋਂ ਇਹਨਾਂ ਨੂੰ ਇਨਸਾਫ਼ ਪ੍ਰਸ਼ਾਸਨ ਵੱਲੋਂ ਮਿਲਦਾ ਅਤੇ ਇਹ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਗੱਡੀਆਂ ਲੈ ਕੇ ਵਾਪਸ ਜਾਣ। ਕੈਮਰਾ ਪਰਸਨ ਵਰੁਣ ਦੇ ਨਾਲ ਅਮਨਦੀਪ ਸਿੰਘ, ਅਜੀਤ ਵੈਬ ਟੀਵੀ, ਸ਼ੰਭੂ।